ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਤਰਨਤਾਰਨ ਪੁਲਿਸ ਨੂੰ ਮਿਲੀ ਸਫਲਤਾ, ਸੋਨੂ ਚੀਮਾ ਕਤਲ ਮਾਮਲੇ 'ਚ ਹੁਣ ਤੱਕ 5 ਦੋਸ਼ੀ ਗ੍ਰਿਫਤਾਰ। ਤਿੰਨ ਕਿਲੋ 290 ਗ੍ਰਾਮ ਨਸ਼ੀਲੀ ਆਇਸ ਸਮੇਤ 2 ਦੋਸ਼ੀ ਤਰਨ ਤਾਰਨ ਪੁਲਿਸ ਨੇ ਕੀਤੇ ਕਾਬੂ। ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੇ ਹਾਲਾਤ ਤਰਸਯੋ, ਸੰਬੰਧਿਤ ਵਿਭਾਗ ਨਹੀਂ ਦੇ ਰਿਹਾ ਧਿਆਨ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਤਰਨ ਤਾਰਨ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਚਬਾਲ ਵਿਖੇ ਹੋਏ ਸੋਨੂ ਚੀਮਾ ਦੇ ਕਤਲ ਵਿੱਚ ਹੁਣ ਤੱਕ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਸੰਬੰਧੀ SSP ਅਸ਼ਵਨੀ ਕਪੂਰ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। 2 ਅਸੀਂ ਬੰਦਿਆਂ ਦੀ ਅਰੈਸਟ ਪਾਈ, ਉਹਦੇ 'ਚ ਇੱਕ ਅਰਪਣ ਸੀਗਾ ਅਤੇ ਇੱਕ ਅਰਸ਼ਦੀਪ ਸੀਗਾ, ਇਹ ਦੋਨੋਂ ਗੰਡੀ ਪਿੰਡ ਦੇ ਸੀਗੇ। ਔਰ ਇਹਨਾਂ ਨੇ ਜਿਹੜਾ ਹੈਗਾ ਕਿਲਰਸ ਨੂੰ ਕਿਤੇ ਨਾ ਕਿਤੇ ਫੈਸਿਲੀਟੇਟ ਕੀਤਾ ਸੀ, ਜਿਹੜੇ ਸ਼ੂਟਰਸ ਸੀਗੇ। ਇਹਨਾਂ ਤੋਂ ਅੱਗੇ ਗੱਲ ਚੱਲਦੇ ਫਿਰ ਇੱਕ ਮਨੂ ਜਿਹੜਾ ਹੈਗਾ ਮੀਆਂਪੁਰ ਦਾ, ਉਹ ਫਿਗਰ ਹੋਇਆ। ਔਰ ਮਨੂ ਨੂੰ ਜਿਹੜਾ ਹੈ ਉਹ ਵੀ ਇੱਥੋਂ ਪੰਜਾਬ ਤੋਂ ਬਾਹਰ ਸੀ ਕਿਤੇ, ਉਹ ਵੀ ਉਹਦੀ ਅਸੀਂ ਅਰੈਸਟ ਵਗੈਰਾ ਉਹਨੂੰ ਐਪਰੀਹੈਂਡ ਕੀਤਾ। ਉਹ ਮੰਨ ਗਿਆ ਇਸ ਗੱਲ ਨੂੰ ਕਿ ਹਾਂ ਮੈਂ ਬੰਦੇ ਉੱਥੇ ਆਏ ਸੀ, ਮੈਂ ਉਹਨਾਂ ਨੂੰ ਠਾਰ ਉਪਲਬਧ ਕਰਾਈ ਸੀ। ਔਰ ਉਸ ਤੋਂ ਬਾਅਦ ਇਹਨਾਂ ਤੋਂ ਇਲਾਵਾ 2 ਮੀਆਂਪੁਰ ਦੇ ਜਿਹੜੇ ਅਹਿਮ ਬੰਦੇ ਸੀਗੇ, ਜਿਨ੍ਹਾਂ 'ਚੋਂ ਇੱਕ ਆਪਣਾ ਜੁਗਰਾਜ ਸਿੰਘ ਏਲੀਅਸ UV ਅਤੇ ਦੂਜਾ ਇੱਕ DC ਅਤੇ ਇੱਕ ਠੋਲੂ, ਇਹ 3 ਬੰਦੇ। ਠੋਲੂ ਜਿਹੜਾ ਹੈਗਾ ਉਹ ਇਸ ਵੇਲੇ ਬਾਹਰ ਹੈ, ਔਰ ਜਿਹੜਾ ਅਰਸ਼ਦੀਪ ਜੁਗਰਾਜ ਏਲੀਅਸ UV ਹੈ ਉਹਦੀ ਅਸੀਂ ਅਰੈਸਟ ਪਾ ਲਈ ਹੈ। ਔਰ ਉਹਦੇ ਮੁਤਾਬਕ ਵੀ ਉਹਨੇ ਜਿਹੜੇ ਸ਼ੂਟਰ ਜਿਹੜੇ ਆ ਹਜੇ ਤੱਕ ਅਨਆਡੈਂਟੀਫਾਈਡ ਹੈ, ਸ਼ੂਟਰਸ ਆਇਡੈਂਟੀਫਾਈ ਕਰ ਲਾਂਗੇ। ਤਾਂ ਹਜੇ ਜਿਹੜੇ ਨਾਮਜ਼ਦ ਮੁਲਜ਼ਮ ਹੋਏ ਆ ਉਹਨਾਂ 'ਚੋਂ 2 ਅਨਆਡੈਂਟੀਫਾਈਡ ਅਤੇ 1 ਅੰਮ੍ਰਿਤਪਾਲ ਬੱਲ ਅਤੇ 1 ਠੋਲੂ, ਇਹ 4 ਬੰਦੇ ਸਾਡੀ ਗ੍ਰਿਫਤ ਤੋਂ ਬਾਹਰ ਹੈ। ਉਹ ਵੀ ਜਲਦੀ ਅਸੀਂ ਛੇਤੀ ਕੁਛ ਸਰ ਕਤਲ ਕਮੇਟੀ ਹੈ ਜੀ, ਇਹਨਾਂ ਦੀ ਕੋਈ ਜਲਦੀ ਆਈ। ਪਹਿਲੇ ਵੀ ਮੇਰੇ ਖਿਆਲ 1-2 ਵਾਰ ਹੋਇਆ ਉਹਦੇ 'ਤੇ, 16-17 ਉਹਦੇ 'ਤੇ ਕ੍ਰਿਮੀਨਲ ਬੰਦਾ, 302 ਦੇ 307 ਦੇ ਕਾਫੀ ਪਰਚੇ ਦਰਜ ਹੈ। ਤਾਂ ਕੋਈ ਇਹਨਾਂ ਦੀ ਪਰਸਨਲ ਰਹੀ ਹੋਊਗੀ ਆਪਸ 'ਚ ਉਹਦੀ, ਇਹਦੀ ਵੈਸੇ ਵੀ ਉਹ ਗੈਂਗਸਟਰ ਟਾਈਪ ਬੰਦਾ ਹੈ ਜੀ। ਤਾਂ ਬਾਹਰ ਚਲਾ ਗਿਆ, ਬਾਹਰ ਜਾ ਕੇ ਥੋੜ੍ਹਾ ਜਿਹਾ ਉਹਨੇ ਇੱਥੇ ਰਾਬਤਾ ਕਾਇਮ ਕਰਕੇ ਅਤੇ ਉਹਨਾਂ ਨੂੰ ਕਤਲ ਕਰਾ ਦਿੱਤਾ ਸੋਨੂ ਦਾ। ਜ਼ਿਲ੍ਹਾ ਪੁਲਿਸ ਤਰਨ ਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਤਹਿਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 3 ਕਿਲੋ 290 ਗ੍ਰਾਮ ਨਸ਼ੀਲੀ ਆਇਸ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਸ ਬਾਰੇ SSP ਅਸ਼ਵਨੀ ਕਪੂਰ ਵੱਲੋਂ ਜਾਣਕਾਰੀ ਦਿੱਤੀ ਗਈ। ਥਾਣਾ ਸਰਾਏ ਮਾਨਖਾਂ ਵੱਲੋਂ ਜਿਵੇਂ ਸਾਡੇ ਰੂਟੀਨ 'ਚ ਬਾਰਡਰ ਦੇ ਉੱਤੇ ਸਪੈਸ਼ਲ ਨਾਕਾਬੰਦੀ ਚੱਲਦੀ ਹੈ, ਕੱਲ੍ਹ SHO ਨੇ ਪੂਸੇ ਚੌਂਕ ਉੱਥੇ ਪੂਸੇ ਡਰੇਨ ਦੇ ਉੱਤੇ ਪੁਲ ਦੇ ਉੱਤੇ ਨਾਕਾ ਲਾਇਆ ਹੋਇਆ ਸੀਗਾ। 2 ਨੌਜਵਾਨ ਪਲੈਟੀਨਾ ਮੋਟਰਸਾਈਕਲ 'ਤੇ ਆਉਂਦੇ ਦਿਖੇ, ਉਹਨਾਂ ਨੂੰ ਰੋਕ ਕੇ ਉਹਨਾਂ ਨੇ ਉਹਨਾਂ ਦਾ ਨਾਮ ਪਤਾ ਪੁੱਛਿਆ। ਤਾਂ ਦੋਨੋਂ ਘਰਿੰਡੇ ਥਾਣੇ 'ਤੇ ਰਹਿਣ ਵਾਲੇ ਸੀਗੇ, ਇੱਕ ਧਨੋਈ ਦਾ ਅਤੇ ਇੱਕ ਰਤਨ ਪਿੰਡ ਦਾ, ਘਰਿੰਡੇ ਥਾਣੇ 'ਚੋਂ ਪਰਮਜੀਤ ਇੱਕ ਦਾ ਨਾਂ ਸੀਗਾ, ਦੂਜੇ ਦਾ ਨਾਂ ਰਵਿੰਦਰ ਸੀਗਾ।
ਉਹਨਾਂ ਨੂੰ ਉਹਨਾਂ ਨੇ ਆਪਸ਼ਨ ਦੇ ਕੇ ਜਦੋਂ ਤਲਾਸ਼ੀ ਲਈ ਉਹਨਾਂ ਦੀ ਗਜ਼ਟਡ ਅਫਸਰ ਦੇ ਸਾਹਮਣੇ ਤੋਂ 3.3 ਕਿਲੋ ਉਹਨਾਂ ਕੋਲੋਂ ਆਈਸ ਰਿਕਵਰ ਹੋਈ ਹੈ। ਇਹ ਨਵਾਂ ਹੁਣ ਇੱਕ ਟਰੈਂਡ ਜਿਹੜਾ ਸ਼ੁਰੂ ਹੋ ਗਿਆ ਜੀ, ਵੀ ਹੀਰੋਇਨ ਦੇ ਨਾਲ ਕੁਛ ਘੱਟ ਰਿਹਾ ਅਤੇ ਆਈਸ ਦੀ ਜਿਹੜੀ ਹੈ ਸਿੰਥੈਟਿਕ ਡਰੱਗ ਇਹ ਪੁਸ਼ ਕਰ ਰਹੇ। ਅਗਰ ਇਹਨਾਂ ਦੀ ਜੀ ਜਿਹੜੇ ਬੈਕਵਰਡ ਲਿੰਕੇਜਸ ਕਿੱਥੋਂ ਮੰਗਵਾਈ ਇਹਨਾਂ ਨੇ ਅਤੇ ਅੱਗੇ ਕਿਹਨੂੰ ਦੇਣੀ ਸੀਗੀ ਉਹ ਸਾਰੀ ਇੰਟਰੋਗੇਸ਼ਨ ਚੱਲ ਰਹੀ ਹੈ। ਅਤੇ ਟੋਟਲ ਰਿਕਵਰੀ ਜਿਹੜੀ ਹੈ 3.3 ਕਿਲੋ ਆਈਸ ਹੈ, 1 ਪਲੈਟੀਨਾ ਮੋਟਰਸਾਈਕਲ ਹੈ, 10,000 ਰੁਪਈਆ ਕੈਸ਼ ਇਹਨਾਂ ਕੋਲ। ਹੀਰੋਇਨ ਜ਼ਿਆਦਾ ਰਿਫਾਈਨਡ ਹੁੰਦੀ ਹੈ ਉਸ ਤੋਂ, ਕਿਉਂਕਿ ਇਹ ਸਿੰਥੈਟਿਕ ਹੈਂਡਮੇਡ ਹੈ, ਉਸ ਤੋਂ ਰੇਟ ਇਹਦਾ ਘੱਟ ਹੈ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੁਨੀਆ ਭਰ ਦੇ ਲੋਕਾਂ ਲਈ ਆਸਥਾ ਦਾ ਮੁੱਖ ਕੇਂਦਰ ਹੈ। ਇਸ ਦਾ ਆਲਾ ਦੁਆਲਾ ਸਾਫ਼ ਸੁਥਰਾ ਰੱਖਿਆ ਜਾਂਦਾ ਹੈ ਅਤੇ ਆਏ ਹੋਏ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਸੇਵਾਦਾਰ ਇਸ ਥਾਂ ਦਾ ਦਿਲੋਂ ਆਦਰ ਕਰਦੇ ਹਨ ਅਤੇ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਦੇ ਹਨ। ਵੇਖਣ ਵਿੱਚ ਆਇਆ ਕਿ ਸੁਲਤਾਨਵਿੰਡ ਗੇਟ ਤੋਂ ਦਰਬਾਰ ਸਾਹਿਬ ਜਾਣ ਵਾਲਾ ਰਸਤਾ ਖਰਾਬ ਹਾਲਤ ਵਿੱਚ ਹੈ, ਕਿਉਂਕਿ ਕਈ ਥਾਵਾਂ 'ਤੇ ਸੜਕ ਦੀ ਖੁਦਾਈ ਦਾ ਕੰਮ ਚੱਲ ਰਿਹਾ, ਜਿਸ ਨਾਲ ਲੰਘਦੇ ਟ੍ਰੈਫਿਕ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਬ੍ਰਹਮ ਬੂਟਾ ਮਾਰਕੀਟ ਦੇ ਨਜ਼ਦੀਕ ਸੀਵਰ ਬਲੌਕ ਹਨ ਅਤੇ ਗੰਦਾ ਪਾਣੀ ਬਾਹਰ ਨਿਕਲ ਰਿਹਾ ਹੈ, ਜਿਸ ਨਾਲ ਇਲਾਕੇ ਵਿੱਚ ਗੰਦਗੀ ਅਤੇ ਬਦਬੂ ਹੈ। ਸਾਡੀ ਟੀਮ ਨਾਲ ਗੱਲ ਕਰਦਿਆਂ ਲੋਕਾਂ ਨੇ ਆਪਣੀ ਮੁਸ਼ਕਿਲ ਬਾਰੇ ਦੱਸਿਆ। ਸੰਬੰਧਿਤ ਵਿਭਾਗ ਤੋਂ ਅਸੀਂ ਵੀ ਮੰਗ ਕਰਦੇ ਹਾਂ ਕਿ ਇਸ ਇਲਾਕੇ ਨੂੰ ਜਲਦ ਸਾਫ਼ ਕੀਤਾ ਜਾਵੇ, ਕਿਉਂਕਿ ਸਭ ਤੋਂ ਜ਼ਿਆਦਾ ਸੰਗਤ ਦਰਸ਼ਨ ਕਰਨ ਵਾਸਤੇ ਇਸ ਰਸਤੇ ਦਾ ਇਸਤੇਮਾਲ ਕਰਦੀ ਹੈ। ਇਹ ਮਾਣਾ ਸਿੰਘ ਰੋਡ ਹੈਗਾ, ਗੁਰਦੁਆਰਾ ਦਰਬਾਰ ਸਾਹਿਬ ਲੰਗਰ ਹਾਲ ਨੂੰ ਜਾਣ ਵਾਲਾ ਰਸਤਾ ਹੈਗਾ ਹੈ ਅਤੇ ਇੱਥੇ ਕਾਫ਼ੀ ਦਿਨਾਂ ਤੋਂ ਜਿਹੜਾ ਸੀਵਰੇਜ ਦੀ ਪਾਈਪ ਪੈ ਰਹੀ ਉਹਦੇ ਕਰਕੇ ਇਹਨਾਂ ਨੇ ਸੀਵਰੇਜ ਦੇ ਕਨੈਕਸ਼ਨ ਤੋੜੇ ਹੋਏ ਆ ਅਤੇ ਕਿੰਨਾ ਸਾਰਾ ਪਾਣੀ ਇਕੱਠਾ ਸੰਗਤ ਦੇ ਆਉਣ ਜਾਣ ਦਾ, ਸਿਰਫ ਇਹ ਰਸਤਾ ਹੈਗਾ ਵਾ ਅਤੇ ਉਹ ਵੀ ਟੁੱਟਾ ਹੋਇਆ ਵਾ। ਕਾਫ਼ੀ ਸਾਰੀ ਕੰਪਲੇਂਟ ਕਰਨ ਦੇ ਬਾਵਜੂਦ ਕੋਈ ਵੀ ਇਹਨੂੰ ਠੀਕ ਕਰਨ ਨਹੀਂ ਆ ਰਿਹਾ। ਸੀਵਰੇਜ ਦੀ ਪਾਈਪ ਜਿਹੜੀ ਹੈ ਕਾਫ਼ੀ ਸਾਰੇ ਥੋੜ੍ਹਾ ਇਹ ਤੋਂ ਬਲੋਕ ਹੈਗੀ ਹੈ, ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਮਸ਼ੀਨ ਲੱਗਣੀ ਹੈ, ਉਹਦੇ ਨਾਲ ਕਿ ਮਸ਼ੀਨ ਦੇ ਨਾਲ ਸਾਰਾ ਜਿਹੜਾ ਅੰਦਰ ਗਾਰ ਜਮਾ ਉਹ ਨਿਕਲ ਜਾਏਗਾ, ਮਗਰ ਕੋਈ ਵੀ ਇਸ ਬਾਰੇ ਸੁਣਵਾਈ ਨਹੀਂ ਕਰ ਰਹੀ। ਸਿਰਫ ਹੋਟਲਸ ਨੂੰ ਤਾਂ ਪ੍ਰਭਾਵਿਤ ਹੋ ਰਿਹਾ, ਜਿਹੜਾ ਲੋਕਲ ਆਉਣ ਜਾਣ ਵਾਲੇ ਉਹਨਾਂ ਦਾ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ। ਤੁਹਾਡੇ ਸਾਹਮਣੇ ਵੇਖ ਲਓ ਕਿੰਨਾ ਪਾਣੀ ਖੜਾ, ਪੈਦਲ ਆਉਣ ਜਾਣ ਵਾਲੀ ਸੰਗਤ ਜਿਹੜੀ ਆ ਉਹ ਇੱਥੇ ਬਹੁਤ ਪਰੇਸ਼ਾਨ ਹੁੰਦੀ ਹੈ। ਸਰ ਉਹ ਕਾਫ਼ੀ ਸਾਰੇ ਜਿਹੜੇ ਟੂਰਿਸਟ ਹੈਗੇ ਉਹ ਇਸ ਗੱਲੋਂ ਕਹਿੰਦੇ ਆ ਵੀ ਅੰਦਰ ਤਾਂ ਬਹੁਤ ਸਵਰਗ ਵਰਗੀ ਜਗ੍ਹਾ ਹੈਗੀ ਹੈ, ਪਰ ਬਾਹਰ ਜਿਹੜਾ ਪ੍ਰਸ਼ਾਸਨ ਇਹਨੂੰ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਵਾ ਅਤੇ ਬਾਹਰ ਆ ਕੇ ਉਹਨਾਂ ਨੂੰ ਐਂ ਲੱਗਦਾ ਕਿ ਉਹ ਗਲਤ ਜਗ੍ਹਾ 'ਤੇ ਆ ਗਏ ਨੇ। ਡਿਮਾਂਡ ਬਸ ਇਹੀ ਹੈ ਵੀ ਪ੍ਰਸ਼ਾਸਨ ਜਿੰਨਾ ਚਿਰ ਸੀਵਰੇਜ ਦੀ ਪਾਈਪ ਲਾਈਨ ਉਹਨੂੰ ਰੈਗੂਲਰ ਸਾਫ਼ ਤਾਂ ਕਰੇ। ਉਹਨਾਂ ਨੂੰ ਪਤਾ ਇਹ ਕਮਰਸ਼ੀਅਲ ਏਰੀਆ ਹੈਗਾ ਵਾ, ਰੈਜੀਡੈਂਸ਼ੀਅਲ ਏਰੀਆ ਹੈ ਨਹੀਂ, ਅਤੇ ਇਹਦੀ ਰੈਗੂਲਰ ਸਫਾਈ ਹੋਣੀ ਚਾਹੀਦੀ। ਜਿਹੜਾ ਆਉਣ ਜਾਣ ਵਾਲਾ ਲੋਕ ਹੈਗੇ ਆ, ਟੂਰਿਸਟ ਹੈਗੇ ਬਾਹਰ ਵਾਲੇ, ਉਹਨਾਂ 'ਤੇ ਚੰਗਾ ਪ੍ਰਭਾਵ ਪਵੇ। ਇਸ ਤਰ੍ਹਾਂ ਉਹ ਅੰਮ੍ਰਿਤਸਰ ਦੀਆਂ ਇੱਕ ਬੜੀਆਂ ਗੰਦੀਆਂ ਯਾਦਾਂ ਲੈ ਕੇ ਜਾ ਰਹੇ ਨੇ। ਇੱਥੇ ਬਹੁਤ ਹੀ ਬੁਰੀ ਹਾਲਤ ਹੈ, ਲੋਕਾਂ ਨੂੰ ਆਉਣ ਜਾਣ ਨੂੰ ਬਹੁਤ ਦਿੱਕਤ ਹੈ, ਲੋਕ ਆ ਜਾਣ ਤੋਂ ਵੀ ਮਤਲਬ ਪੈਦਲ ਚੱਲਣ ਤੋਂ ਵੀ ਦਿੱਕਤ ਹੋ ਰਹੀ ਹੈ। ਇੱਥੇ ਸਾਰਾ ਗਾਰਬੇਜ ਜਮ੍ਹਾਂ ਹੋਇਆ ਪਿਆ ਸਾਰਾ ਸੀਵਰੇਜ, ਟੂਰਿਸਟ 'ਤੇ ਬਹੁਤ ਇਫੈਕਟ ਹੈਗਾ, ਹੋਟਲ ਸਾਰੇ ਖਾਲੀ ਪੈ ਗਏ ਹੈ, ਟੂਰਿਸਟ ਹੈ ਹੀ ਨਹੀਂ ਹੋਟਲਾਂ 'ਚ। ਸਰ ਇਹ ਕਲੀਅਰ ਹੋਣਾ ਚਾਹੀਦਾ, ਜਦ ਤੱਕ ਕਲੀਅਰ ਨਹੀਂ ਹੁੰਦਾ ਤਦ ਤੱਕ ਤਾਂ ਕੰਮ ਹੀ ਨਹੀਂ ਹੋਏਗਾ ਕੋਈ ਵੀ, ਅਤੇ ਲੋਕਾਂ ਦੇ ਤਾਂ ਭੁੱਖੇ ਮਰਨ ਦੇ ਟਾਈਮ ਆ ਗਏ। ਸੁਲਤਾਨਵਿੰਡ ਗੇਟ ਦੀ ਰੋਡ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਵੱਲ ਜਾਂਦਾ ਰਸਤਾ, ਜਿਹੜਾ ਕਿ ਗੁਰੂ ਰਾਮਦਾਸ ਸਰਾਂ ਵੱਲ ਜਾਂਦਾ ਹੈ, ਇਹ ਬ੍ਰਹਮਪੁਰਾ ਮਾਰਕੀਟ ਇਲਾਕਾ ਕਹਿਲਾਉਂਦਾ ਹੈ, ਔਰ ਜੋ ਹਾਲਾਤ ਅਸੀਂ ਵੇਖ ਰਹੇ ਹਾਂ ਸੜਕ ਦੀ ਉਹ ਤੁਸੀਂ ਵੀ ਇਹ ਵੇਖਿਆ। ਟੂਰਿਸਟ ਨਾ ਆਉਂਦਾ ਸੈਟਰਡੇ ਸੰਡੇ ਤੋਂ ਕੁਛ ਕਹਿੰਦੇ ਹੱਥ ਦੇ, ਉਹ ਤਕਰੀਬਨ ਲਗਾਤਾਰ ਡੇਲੀ ਟੂਰਿਸਟ ਇੱਥੇ ਹੁੰਦਾ ਹੈ, ਹੋਟਲਸ ਇੱਥੇ ਹੈਗੇ ਆ ਜਿਹਨਾਂ ਦਾ ਬਿਜ਼ਨਸ ਇਫੈਕਟ ਹੋ ਰਿਹਾ ਸਿਰਫ ਇਹ ਸੜਕ ਕਰਕੇ। ਹਾਲਾਤ ਕਿਉਂ ਐਸੇ ਹੈਗੇ ਨੇ, ਰੈਗੂਲਰ ਕੰਪਲੇਂਟਸ ਦੇ ਬਾਵਜੂਦ ਵੀ ਇਹ ਕੋਈ ਇਲਾਕੇ ਨੂੰ ਨਹੀਂ ਇਹਦੀ ਸੁਧਬੁਲ ਲੈ ਰਿਹਾ, ਜਦਕਿ ਇਹਨਾਂ ਵੀ ਆਈ ਪੀ ਔਰ ਇੱਕ ਪ੍ਰੋਮੀਨੈਂਟ ਏਰੀਆ ਇਹ ਹੈ। ਉਮੀਦ ਰੱਖਦੇ ਹਾਂ ਕਿ ਕਾਰਪੋਰੇਸ਼ਨ ਵੇਖੇ ਇਸ ਚੀਜ਼ ਨੂੰ ਕਿ ਜੇ ਅਗਰ ਟੂਰਿਸਟ ਤੰਗ ਹੋਏਗਾ ਤਾਂ ਸ਼ਹਿਰ ਵਿੱਚ ਆਏਗਾ ਕੌਣ। ਕੈਮਰਾ ਪਰਸਨ ਰਾਕੇਸ਼ ਨਾਲ ਜੇਪੀ ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ। ਡਿਪਟੀ ਕਮਿਸ਼ਨਰ ਘਨਸ਼ਾਮ ਥੌਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦਫ਼ਤਰਾਂ ਉੱਪਰ ਬਾਜ਼ ਅੱਖ ਰੱਖਣ ਲਈ ਕੈਮਰਿਆਂ ਨਾਲ ਹਰ ਕੋਨੇ ਨੂੰ ਕਵਰ ਕੀਤਾ ਗਿਆ ਹੈ, ਤਾਂ ਜੋ ਕੰਪਲੈਕਸ ਵਿੱਚ ਹੁੰਦੀ ਹਰ ਹਰਕਤ ਨੂੰ ਵੇਖਿਆ ਜਾਂ ਰਿਕਾਰਡ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਇਹਨਾਂ ਕੈਮਰਿਆਂ ਦਾ ਸਿੱਧਾ ਪ੍ਰਸਾਰਣ ਵੇਖਿਆ ਜਾਂਦਾ ਹੈ, ਇਸ ਤੋਂ ਇਲਾਵਾ ਇਹਨਾਂ ਦੀ ਰਿਕਾਰਡਿੰਗ ਵੀ ਸਾਂਭੀ ਜਾ ਰਹੀ ਹੈ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ
ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬੋਕਸ ਚੁੱਕ ਕੇ ਦੂਸਰੀ ਕੰਪਨੀ ਦੇ ਬੋਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਟਵੇ ਦਾ ਬੋਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। ਚੀਫ ਖਾਲਸਾ ਦੀਵਾਨ ਵੱਲੋਂ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਾਰਜ ਸਾਧਕ ਕਮੇਟੀ ਦੀ ਇਕੱਤਰਤਾ ਆਯੋਜਿਤ ਕੀਤੀ ਗਈ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਚੱਲ ਰਹੀ ਮੀਟਿੰਗ ਦੌਰਾਨ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂ ਨੰਗਲ ਵੱਲੋਂ ਮੀਟਿੰਗ ਦੇ ਏਜੰਡੇ ਪੜ੍ਹੇ ਗਏ। ਉਪਰੰਤ ਚੀਫ ਖਾਲਸਾ ਦੀਵਾਨ ਜਨਰਲ ਕਮੇਟੀ ਦੀ ਚੋਣ ਦੀ ਮਿਤੀ ਅਤੇ ਵਿਧੀ ਨਿਰਧਾਰਿਤ ਕਰਨ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ 18 ਫਰਵਰੀ 2024 ਨੂੰ ਜਨਰਲ ਕਮੇਟੀ ਦੀ ਚੋਣ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਮੀਤ ਪ੍ਰਧਾਨ ਜਗਜੀਤ ਸਿੰਘ, ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਸਮੇਤ ਕਈ ਮੈਂਬਰ ਹਾਜ਼ਰ ਸਨ। ਅੱਜ ਕਾਰਜ ਸਾਧਕ ਕਮੇਟੀ ਚੀਫ ਖਾਲਸਾ ਦੀਵਾਨ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਸਾਡਾ ਮੇਨ ਮੁੱਦਾ ਸੀਗਾ ਜਿਹੜੀ ਇਲੈਕਸ਼ਨ ਆ ਰਹੀ ਹੈ, ਕਿਉਂਕਿ 19 ਦੇ 17 ਫਰਵਰੀ ਨੂੰ ਇਲੈਕਸ਼ਨ ਹੋਈ ਸੀਗੀ, ਸੋ ਇਸ ਫਰਵਰੀ 17 ਨੂੰ 5 ਸਾਲ ਪੂਰੇ ਹੋ ਜਾਣੇ ਆ ਅਤੇ ਅਸੀਂ ਬਿਲਕੁਲ ਡਿਲੇਅ ਨਹੀਂ ਕੀਤੀ। 18 ਤਰੀਕ ਸੰਡੇ ਹੈ, ਸੋ ਅਸੀਂ 18 ਨੂੰ ਇਲੈਕਸ਼ਨ ਦੀ ਤਰੀਕ ਫਿਕਸ ਕਰ ਲਈ ਹੈ ਔਰ ਜਿਹੜੀ ਇਲੈਕਸ਼ਨ ਕਮੇਟੀ ਬਣੀ ਹੈ ਉਹ ਵੀ ਅਨਾਊਂਸ ਹੋ ਗਈ ਹੈ, ਸੋ ਇੱਕ ਪ੍ਰੈਜ਼ੀਡੈਂਟ ਹੋਣਗੇ ਅਤੇ 3 ਰਿਟਰਨਿੰਗ ਅਫਸਰ ਹੋਣਗੇ, ਉਹਦਾ ਨਾਮ ਵੀ ਅਸੀਂ ਅਨਾਊਂਸ ਕਰਦੇ ਹਾਂ ਜੀ। ਔਰ ਮੈਨੂੰ ਲੱਗਦਾ ਕਿ ਬੜੇ ਸੋਹਣੇ ਤਰੀਕੇ ਨਾਲ ਇਹਦੀ ਇਲੈਕਸ਼ਨ ਹੈ, ਬੜੇ ਸ਼ਾਂਤ ਔਰ ਬਹੁਤ ਮੈਂਬਰ ਹੈ ਨਹੀਂ ਆ, 500 ਤੋਂ ਥੋੜ੍ਹੇ ਥੱਲੇ ਮੈਂਬਰ ਨੇ ਔਰ ਬੜੇ ਪਾਰਦਰਸ਼ਤਾ ਨਾਲ ਓਪਨ ਤਰੀਕੇ ਦੇ ਨਾਲ ਇਲੈਕਸ਼ਨ ਅਸੀਂ ਕੰਟੈਸਟ ਕਰਾਂਗੇ। ਫਰਵਰੀ ਨੂੰ ਸਾਡੀ ਮਿਆਦ ਮੁੱਕ ਰਹੀ ਆ ਪਿਛਲੀ ਕਮੇਟੀ ਦੀ, ਉਹ 18 ਤਰੀਕ ਨੂੰ ਇਲੈਕਸ਼ਨ ਰੱਖ ਦਿੱਤੀ ਗਈ ਆ, ਜਿਹਦੇ 'ਚ ਉਹ 'ਚ ਅਬਜ਼ਰਵਰ ਦੂਜੇ ਰੱਖਣੇ ਸੀ, ਉਹ ਪ੍ਰਧਾਨ ਜੀ ਨੇ ਨਿਯਤ ਕਰਤੇ ਆ। ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪੋਵਿੰਦ ਸਾਹਿਬ ਵਿਖੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲੱਗਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇਹ ਮਾਮਲਾ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਸੁਲਝਾ ਲਿਆ ਗਿਆ। ਫਿਰ ਦੁਬਾਰਾ ਬੇਨਤੀ ਕਰਦੇ ਕਿ ਅਸੀਂ ਸਾਡੇ ਹਲਕੇ ਦੇ ਡੀਐਸਪੀ ਸਾਹਿਬ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਸੀ ਤੇ ਦੂਰ ਨੇੜਿਓਂ ਵਿਦੇਸ਼ਾਂ ਚੋਂ ਦੇਸ਼ ਚੋਂ ਸੰਗਤ ਇੱਥੇ ਨਤਮਸਤਕ ਹੋਣ ਵਾਸਤੇ ਆਈ ਸੀ। ਪ੍ਰਬੰਧ ਜਿਹੜੇ ਬੜੇ ਵਧੀਆ ਸੀ, ਇਸ ਵਿਸ਼ੇ ਨੂੰ ਲੈ ਕੇ ਇੱਕ ਜਿਹੜਾ ਨਾ ਸ਼ੂ ਪੋਲਿਸ਼ ਅਤੇ ਸ਼ੂ ਰਿਪੇਅਰ ਦੀ ਰਸਤੇ ਦੇ ਵਿੱਚ ਇੱਕ ਟੈਂਟ ਲੱਗਾ ਸੀ, ਉਹ ਟੈਂਟ ਕਿਉਂਕਿ ਸੰਗਤ ਦੇ ਆਉਣ ਜਾਣ ਦੇ ਵਿੱਚ ਰਸਤੇ ਦੇ ਵਿੱਚ ਆਉਂਦਾ ਸੀ, ਉਹਨੂੰ ਟੈਂਟ ਨੂੰ ਹਟਾਉਣ ਦੇ ਅਤੇ ਉੱਥੇ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਜੀ ਦੀ ਫੋਟੋ ਲੱਗੀ ਸੀ, ਉਹ ਉਸ ਨੂੰ ਲੈ ਕੇ ਇੱਕ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ, ਜਿਹਦਾ ਤੁਰੰਤ ਭਾਈ ਮਨਜੀਤ ਸਿੰਘ ਉਹਨਾਂ ਨੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਜਿਹੜੀ ਕਮੇਟੀ ਹੈ ਇੱਥੋਂ ਦੀ ਉਹਨਾਂ ਵੱਲੋਂ ਇਹਦਾ ਹੱਲ ਕਰ ਦਿੱਤਾ ਗਿਆ ਸੀ। ਫੋਟੋਆਂ ਬਕਾਇਦਾ ਉਸੇ ਤਰ੍ਹਾਂ ਹੀ ਲੱਗੀਆਂ ਰਹੀਆਂ। ਇੱਥੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿਤੇ ਇਕੱਲੀ ਉਸ ਫੋਟੋ ਦੀ ਗੱਲ ਨਹੀਂ, ਤੁਸੀਂ ਲੰਗਰ ਹਾਲ 'ਚ ਦੇਖ ਸਕਦੇ ਹੋ ਪਿਛਲੇ 8-10 ਸਾਲ ਤੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜਿਹੜੀ ਆ ਉਹ ਫੋਟੋ ਉੱਥੇ ਸੁਸ਼ੋਭਿਤ ਆ, ਉਹ ਕਿਸੇ ਵਿਅਕਤੀ ਨੇ ਉਹਦਾ ਓਨਾ ਕੁ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੋਂ ਪਾਤਾ ਸੀ, ਜਿਸ ਨੂੰ ਲੈ ਕੇ ਜਿਹੜੇ ਸਿੱਖ ਜਥੇਬੰਦੀਆਂ ਉਹ ਇੱਥੇ ਇਕੱਠੀਆਂ ਹੋਈਆਂ ਸੀ, ਉਹਨਾਂ ਨੇ ਪਹਿਲਾਂ ਸਾਨੂੰ ਮੰਗ ਪੱਤਰ ਦੇ ਦਿੱਤਾ ਸੀ ਵੀ ਆਹ ਜਿਹੜੀ ਫੋਟੋ ਲੱਥੀ ਆ ਜਾਂ ਜੋ ਸੋਸ਼ਲ ਮੀਡੀਆ ਤੋਂ ਆਇਆ ਉਹਦੇ ਉਸ ਪ੍ਰਤੀ ਸਾਨੂੰ ਰੋਸ ਆ। ਜਿਹੜਾ ਇਹ ਮੰਗ ਪੱਤਰ ਹੈ ਸਾਡੇ SHO ਸਾਹਿਬ ਪਰਮਿੰਦਰ ਸਿੰਘ ਉਹਨਾਂ ਨੇ ਲੈ ਲਿਆ ਸੀ, ਕਿਉਂਕਿ ਮੰਗ ਪੱਤਰ ਲੈ ਕੇ ਅਤੇ ਸਿੱਖ ਸੰਗਤਾਂ ਵੀ ਚੱਲ ਪਈਆਂ ਅਤੇ ਜਿਹੜੇ ਇੱਥੋਂ ਦੇ ਮੈਨੇਜਰ ਉਹ ਵੀ ਚੱਲ ਪਏ, ਅੱਜ ਕੁਝ ਜਿਹੜੇ ਵਿੱਚ ਸ਼ਰਾਰਤੀ ਅਨਸਰ ਆ ਉਹਨਾਂ ਨੇ ਇੱਕੋ ਦਮ ਜਿਹੜੀ ਗੱਡੀ ਚੱਲਦੀ 'ਤੇ ਹਮਲਾ ਕਰ ਦਿੱਤਾ। ਸੋ ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਧਾਰਮਿਕ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ
ਅਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਹੋਏ ਜਿਹੜਾ ਇਹ ਮਸਲਾ ਆ ਉਹ ਬੈਠ ਕੇ ਜਿਹੜਾ ਮੁੱਕ ਗਿਆ। ਇੱਕ ਇਹਨਾਂ ਦੀ ਮੰਗ ਸੀਗੀ ਵੀ ਫੋਟੋ ਜਿਹੜੀ ਆ ਉਹ ਇੱਥੇ ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਹੋਣੀ ਚਾਹੀਦੀ ਆ। ਤੋ ਇੱਥੇ ਪਹਿਲਾਂ ਹੀ ਜਿਹੜੀਆਂ ਫੋਟੋਆਂ ਨੇ ਉਹ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀਆਂ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਆਲਰੇਡੀ ਸੁਸ਼ੋਭਿਤ ਆ। ਅੱਜ ਵੀ ਇੱਕ ਫੋਟੋ ਜਿਹੜੀ ਆ ਇੱਥੇ ਸਰਾਂ ਦੇ ਬਾਹਰ ਜਿਹੜੀ ਆ ਇਹਨਾਂ ਨੂੰ ਸੁਸ਼ੋਭਿਤ ਕੀਤੀ ਆ। ਜਿਹੜਾ ਮਾਮਲਾ ਉਹ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਹੈ। ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਵੇ ਮੂਵੀ ਚੈਨਲ ਨੰਬਰ 241 ਤੇ, ਫਾਸਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਵੇ ਦੇ ਲੋਕਲ ਚੈਨਲਸ 'ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਵਿਖੇ ਸਾਂਝਾ ਸੈਮੀਨਾਰ ਕੀਤਾ ਗਿਆ ਅਤੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ SI ਦਲਜੀਤ ਸਿੰਘ, ਪ੍ਰਿੰਸੀਪਲ ਵਿਨੋਦ ਕਾਲੀਆ, ਕੋਆਰਡੀਨੇਟਰ ਮਨਦੀਪ ਕੌਰ, ਗੁਲਸ਼ਨ ਭਾਟੀਆ ਹਾਜ਼ਰ ਸਨ। ਇਸ ਤੋਂ ਇਲਾਵਾ ਗਵਾਲ ਮੰਡੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨਾਲ ਸੈਮੀਨਾਰ ਕੀਤਾ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਫਰਵਰੀ ਨੂੰ ਕਿਸਾਨ ਜਥੇਬੰਦੀਆਂ ਕਰਨਗੀਆਂ ਦਿੱਲੀ ਦਾ ਘਰਾਓ, ਚੌਗਾਵਾਂ ਵਿਖੇ ਕੱਢਿਆ ਟਰੈਕਟਰ ਮਾਰਚ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਫਨਲੈਂਡ ਆਪਣੇ ਬੱਚੋ ਕੋ ਨੇਚਰ ਕਾ ਅਨੁਭਵ ਔਰ ਰਾਈਡਸ ਕਾ ਫਨ ਦੀਜੀਏ। ਆਈਏ ਕੰਪਨੀ ਬਾਗ ਮੇ ਸਬਕੇ ਮਨਪਸੰਦ ਫਨਲੈਂਡ ਮੇ ਔਰ ਮਜ਼ੇ ਲੀਜੀਏ ਬੇਸ਼ੁਮਾਰ ਰਾਈਡਸ, ਬੋਟਿੰਗ, ਰੈਸਟੋਰੈਂਟ, ਹਾਰਸ ਰਾਈਡਿੰਗ, ਆਰਟੀਫਿਸ਼ਲ ਜ਼ੂ, ਡਾਂਸ ਔਰ ਬਹੁਤ ਸਾਰੀ ਐਕਸਾਈਟਿੰਗ ਐਕਟੀਵਿਟੀਜ਼ ਕਾ। ਐਂਟਰੀ ਸਿਰਫ ₹5 ਸੇ ਸ਼ੁਰੂ। Funland in your city, unlimited fun. Tujhe dekha hua pagal, pagal, pagal. Tere body just a bottle, bottle. Passa chane ja, pan meri Yamaha. Let me hit the throttle. Let me make you move. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪ੍ਰੀਤਮ ਸਟੇਡੀਅਮ ਕੋਹਾਲੀ ਤੋਂ ਟਰੈਕਟਰ ਮਾਰਚ ਰਵਾਨਾ ਕੀਤਾ ਗਿਆ, ਜੋ ਕੋਹਾਲੀ ਤੋਂ ਰਵਾਨਾ ਹੋ ਕੇ
ਰਾਮ ਤੀਰਥ ਵਿਖੇ ਜਾ ਕੇ ਸਮਾਪਤ ਹੋਇਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ, ਪਲਵਿੰਦਰ ਸਿੰਘ ਮਾਹਲ ਅਤੇ ਸਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 13 ਫਰਵਰੀ ਨੂੰ 18 ਕਿਸਾਨ ਜਥੇਬੰਦੀਆਂ ਦਿੱਲੀ ਵਿਖੇ ਪਹੁੰਚਣਗੀਆਂ ਅਤੇ ਇਸ ਵਾਸਤੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਇਸ ਮੌਕੇ ਜਗਜੀਤ ਸਿੰਘ ਕੋਹਾਲੀ, ਆਕਾਸ਼ਦੀਪ ਸਿੰਘ ਮਾਨਾਵਾਲਾ, ਹਰਮਨ ਸਿੰਘ ਮਾਨਾਵਾਲਾ, ਗੋਰਾਚੱਕ ਮਿਸ਼ਰੀ ਖਾਂ, ਰੋਬਿਨ ਸੋਹਣਿਆ ਸਮੇਤ ਕਿਸਾਨ ਆਗੂ ਹਾਜ਼ਰ ਸਨ। ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਇਹ ਸਾਂਝਾ ਦਿੱਲੀ ਚੱਲੋ ਦਾ ਹੋਕਾ ਦਿੱਤਾ ਜਾ ਰਿਹਾ ਵਾ 13 ਫਰਵਰੀ ਨੂੰ। ਉਸ ਸੰਬੰਧ ਨੂੰ ਲੈ ਕੇ ਅੱਜ ਚਗਾਵੇਂ ਬਲਾਕ ਦੇ ਵਿੱਚ ਜਿਹੜਾ ਟਰੈਕਟਰ ਮਾਰਚਾ ਉਹ ਕੀਤਾ ਜਾ ਰਿਹਾ ਜੀ, ਕਿਉਂਕਿ ਜਿਹੜੀਆਂ ਸਾਡਾ ਜਦੋਂ ਆਪਾਂ ਦਿੱਲੀ ਤੋਂ ਅੰਦੋਲਨ ਵਾਪਸ ਉੱਥੇ ਮੁਲਤਵੀ ਕਰਕੇ ਵਾਪਸ ਆਏ ਸਾਂ, ਉਸ ਵਕਤ ਇਹ ਮੰਗਾਂ ਜਿੰਨੀਆਂ ਰਹਿੰਦੀਆਂ ਉਹਨਾਂ ਵਿੱਚੋਂ ਲਾਗੂ ਕੋਈ ਨਹੀਂ ਕੀਤੀ ਸਰਕਾਰ ਨੇ। ਖਵਾਲੀ ਪਿੰਡ ਮਾਰਚ ਕਰਦੇ ਹੋਏ ਚਗਾਵੇਂ ਪਿੰਡ ਜਾਵਾਂਗੇ, ਚਗਾਵੇਂ ਪਿੰਡ ਤੋਂ ਮਾਨਾਵਾਲਾ, ਮਾਨਾਵਾਲੇ ਤੋਂ ਸੌੜੀਆਂ ਅਤੇ ਸੌੜੀਆਂ ਤੋਂ ਮਿਸ਼ਰੀ ਖਾਂ, ਚੱਕ ਚੱਕ ਤੋਂ ਹੁੰਦਾ ਆ ਲੋਪੋਗੀ, ਲੋਪੋਗੇ ਤੋਂ ਫਿਰ ਚਗਾਵੇਂ ਰਾਮ ਤੀਰਥ ਜਾ ਕੇ ਸਮਾਪਤੀ ਕਰਾਂ। ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪੂਜੇ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮ ਉਤਸਵ 22 ਫਰਵਰੀ ਨੂੰ ਮੰਦਿਰ ਪਰਿਸਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਰੋਜ਼ਾਨਾ ਕਾਰਿਆਕ੍ਰਮ 7 ਵਜੇ ਤੋਂ 7:30 ਵਜੇ ਤੱਕ ਹੋ ਰਹੇ ਹਨ। ਇਸ ਮੌਕੇ ਪ੍ਰਧਾਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਸਤਕੀਰਤਨ ਮਦਨ ਲਾਲ ਜੀ ਵੱਲੋਂ ਕੀਤਾ ਗਿਆ। 22 ਫਰਵਰੀ ਨੂੰ ਫਾਸਟਵੇ ਦੇ ਚੈਨਲ ਨੰਬਰ 998 ਉੱਪਰ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਜਲ ਕਲਿਆਣ ਸੰਗਠਨ ਅਤੇ ਮੁਫਤ ਫੈਮਿਲੀ ਕਾਉਂਸਲਿੰਗ ਸੈਂਟਰ ਵੱਲੋਂ ਗਰੀਬ ਬੱਚਿਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ 1 ਮੈਂਬਰ 1 ਬੱਚੇ ਦੀ ਜ਼ਿੰਮੇਵਾਰੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਅੰਜਨਾ ਸੇਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਧਾਨ ਡਾਕਟਰ ਸਵਰਾਜ ਕਰੋਵਰ ਨੇ ਹਜ਼ਾਰਾਂ ਗਰੀਬ ਬੱਚਿਆਂ ਨੂੰ ਰਾਸ਼ਟਰੀ ਪੱਧਰ 'ਤੇ ਸਿੱਖਿਆ ਦੇਣ ਅਤੇ ਵਕਾਰੀ ਅਹੁਦਿਆਂ 'ਤੇ ਪਹੁੰਚਣ ਲਈ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਕੀਤਾ। ਫ੍ਰੀ ਫੈਮਿਲੀ ਕਾਉਂਸਲਿੰਗ ਸੈੱਲ ਤਥਾ ਜਨ ਕਲਿਆਣ ਸੰਗਠਨ ਕੀ ਓਰ ਸੇ ਇੱਕ ਸਦੱਸਯ ਇੱਕ ਨਿਰਧਨ ਬੱਚੇ ਕੀ ਜ਼ਿੰਮੇਦਾਰੀ ਅਭਿਆਨ ਚਲਾਇਆ ਜਾ ਰਹਾ ਹੈ, ਜਬਕਿ ਇਹ ਅਭਿਆਨ ਹਮਾਰਾ ਕਾਫੀ ਵਰਸ਼ੋਂ ਸੇ ਚੱਲ ਰਹਾ ਹੈ ਔਰ ਹਮਾਰੇ ਬਹੁਤ ਸਾਰੇ ਸਦੱਸਯ ਜੋ ਹੈ ਉਹ ਪਹਿਲੇ ਸੇ ਹੀ ਜੋ ਸਲਮ ਏਰੀਆ ਕੇ ਬੱਚੇ ਹੈ ਜਾਂ ਉਨਕੇ ਘਰ ਮੇ ਜੋ ਕਾਮ ਕਰਨੇ ਵਾਲੀ ਲੇਡੀਜ਼ ਆਤੀ ਹੈ ਉਨਕੇ ਬੱਚੋਂ ਕੋ ਯੇ ਪੜ੍ਹਾ ਰਹੀ ਹੈ, ਕਿਉਂਕਿ ਦੇਖੀਏ ਸ਼ਿਕਸ਼ਾ ਜੋ ਹੈ ਸ਼ਿਕਸ਼ਾ ਕਾ ਦਾਨ ਸਭਸੇ ਬੜਾ ਦਾਨ ਹੋਤਾ ਹੈ। ਬੀਤੇ ਦਿਨੀ ਸਮਾਜ ਸੇਵਕ ਗੁਰਸ਼ਰਨ ਸਿੰਘ ਬੱਬਰ ਦਾ ਦੇਹਾਂਤ ਹੋ ਗਿਆ ਅਤੇ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਸਾਬਕਾ ਚੇਅਰਮੈਨ ਹਰੀਦੇਵ ਸ਼ਰਮਾ, ਸੈਕਟਰੀ ਹਰਿੰਦਰ ਸ਼ਰਮਾ, ਜਸਬੀਰ ਚੰਗਿਆੜਾ, ਜਸਪਾਲ ਪਾਇਲਟ ਵੱਲੋਂ ਉਹਨਾਂ ਦੇ ਪੁੱਤਰ ਪਰਮਜੀਤ ਸਿੰਘ ਬੱਬਰ ਅਤੇ ਪ੍ਰਦੀਪ ਸਿੰਘ ਬੱਬਰ ਨਾਲ ਦੁੱਖ ਸਾਂਝਾ ਕੀਤਾ ਗਿਆ। ਸਿਹਤ ਵਿਭਾਗ ਅੰਮ੍ਰਿਤਸਰ ਦੇ ਮਾਸ ਮੀਡੀਆ ਵਿਭਾਗ ਵੱਲੋਂ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਪ੍ਰੀਤ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਅਵਸਰ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ MEIO ਡਾਕਟਰ ਅਮਰਦੀਪ ਸਿੰਘ ਨੇ ਕਿਹਾ ਕਿ ਇਹਨਾਂ ਵੱਲੋਂ 38 ਸਾਲ 4 ਮਹੀਨੇ ਦਾ ਲੰਬਾ ਅਰਸਾ ਸਿਹਤ ਵਿਭਾਗ ਵਿੱਚ ਵੱਖ ਵੱਖ ਥਾਵਾਂ 'ਤੇ ਬਾਖੂਬੀ ਸੇਵਾ ਨਿਭਾਈਆਂ ਗਈਆਂ ਹਨ। ਇਸ ਅਵਸਰ 'ਤੇ ਡਿਪਟੀ MEIO ਸੁਖਵਿੰਦਰ ਕੌਰ, ਡਿਪਟੀ MEIO ਕਮਲਦੀਪ ਭੱਲਾ, ਨਵਦੀਪ ਸਿੰਘ, ਬਲਾਕ ਐਜੂਕੇਟਰ ਸੌਰਵ ਸ਼ਰਮਾ, ਰਣਜੀਤ ਕੁਮਾਰ, ਪੂਜਾ ਸ਼ਰਮਾ ਸਮੇਤ ਕਈ ਲੋਕ ਮੌਜੂਦ ਸਨ। ਬਹੁਤ ਹੀ ਅਹਿਮ ਟੀਮ ਮੈਂਬਰ ਜਿਹੜੇ ਕਿ ਬਾਬਾ ਬਕਾਲਾ PSC ਤੋਂ ਰਿਟਾਇਰ ਹੋ ਕੇ ਅੱਜ ਵਿਦਾਇਗੀ ਪਾਰਟੀ ਅਸੀਂ ਉਹਨਾਂ ਨੂੰ ਦੇ ਰਹੇ ਹਾਂ, ਤਾਂ ਬੜੇ ਹੀ ਖੁਸ਼ੀ ਦੀ ਗੱਲ ਹੈ ਔਰ ਇੱਕ ਵਧੀਆ ਜਿਹੜੇ ਆ ਵਰਕਰ
ਉਹ ਸਾਬਤ ਹੋਏ। ਸਾਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਤੇ ਉਸ ਤੋਂ ਬਾਅਦ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਬਲਜਿੰਦਰ ਸਿੰਘ, ਗਗਨ ਕਪੂਰ, ਮਨੋਜ ਅਰੋੜਾ, ਹਰਪ੍ਰੀਤ ਸਿੰਘ ਮੱਲੀ, ਸ਼ਰਨਜੀਤ ਸਿੰਘ, ਸਬ ਇੰਸਪੈਕਟਰ ਰਾਜੀਵ ਕੁਮਾਰ ਸਮੇਤ ਕਈ ਲੋਕ ਹਾਜ਼ਰ ਸਨ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਮਜੀਠਾ ਰੋਡ ਤੋਂ ਕੱਢੇ ਗਏ ਨਗਰ ਕੀਰਤਨ ਦਾ ਸ਼੍ਰੀ ਹਰਿਮੰਦਰ ਗੋਪਾਲ ਨਗਰ ਵਿਖੇ ਪੁੱਜਣ ਤੇ ਸ਼੍ਰੀ ਹਰਿਮੰਦਰ ਜੰਝਕਰ ਸੁਸਾਇਟੀ ਦੇ ਅਹੁਦੇਦਾਰਾਂ ਚਰਨਜੀਤ ਦੇਵਗਨ, ਪ੍ਰਧਾਨ ਸੁਰਿੰਦਰ ਮਹਾਜਨ, ਹੈਪੀ ਅਰੋੜਾ, ਮਦਨ ਮਹਾਜਨ, ਜੋਗਿੰਦਰ ਪਾਲ, ਪਵਿੱਤਰ ਦੇਵਗਨ ਅਤੇ ਪੰਡਿਤ ਮਹਾਬੀਰ ਪ੍ਰਸਾਦ ਸਮੇਤ ਸਾਰੇ ਮੈਂਬਰਾਂ ਨੇ ਸਵਾਗਤ ਕੀਤਾ ਅਤੇ ਸੰਗਤ ਵਿੱਚ ਪ੍ਰਸਾਦ ਵਰਤਾਏ ਗਏ। ਥਾਣਾ ਰੇਲਵੇ ਪੁਲਿਸ ਨੂੰ ਇੱਕ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਉਮਰ 40-45 ਸਾਲ, ਕੱਦ 5'6", ਰੰਗ ਸਾਵਲਾ ਹੈ। ਜਿਸ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਰੇਲਵੇ ਪੁਲਿਸ ਨੂੰ ਸੰਪਰਕ ਕਰੋ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਤਰਨ ਤਾਰਨ ਪੁਲਿਸ ਨੂੰ ਮਿਲੀ ਸਫਲਤਾ, ਸੋਨੂ ਚੀਮਾ ਕਤਲ ਮਾਮਲੇ 'ਚ ਹੁਣ ਤੱਕ 5 ਦੋਸ਼ੀ ਗ੍ਰਿਫਤਾਰ। ਕਿਲੋ 290 ਗ੍ਰਾਮ ਨਸ਼ੀਲੀ ਆਇਸ ਸਮੇਤ 2 ਦੋਸ਼ੀ ਤਰਨ ਤਾਰਨ ਪੁਲਿਸ ਨੇ ਕੀਤੇ ਕਾਬੂ। ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੇ ਹਾਲਾਤ ਤਰਸਯੋਗ, ਸੰਬੰਧਿਤ ਵਿਭਾਗ ਨਹੀਂ ਦੇ ਰਿਹਾ ਧਿਆਨ। ਇਹ ਸਨ ਅੱਜ ਦੀਆਂ ਖਬਰਾਂ, ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।